ولا أنتم عابدون ما أعبد ولا أنا عابد ما عبدتم لكم دينكم ولي دين. صدق الله العظيم. بسم اللہ الرحمن الرحیم. جی ناظرین, آج ہم حافظ آباد ڈی ایچ کیو ہاسپٹل ڈسٹرکٹ ہیڈ کوارٹر ہاسپٹل حافظ آباد میں پہنچے ہیں, جہاں پہ جو ہے رمضان ٹرانسمیشن کے حوالے سے ہم ناظرین کو بتانا چاہ رہے ہیں کہ یہاں ہاسپٹل میں جو ہے ایک دسترخوان لگایا جاتا ہے جو گزشتہ سات سال سے جاری ہے, اور یہاں پر جو ہے وہ جو لاحقین ہوتے ہیں مریضوں کے, ان کے لیے اور ڈاکٹر اور پیرا میڈیکل سٹاف اور لیبر جتنی ہیں وہ ساری جو ہے وہ یہاں پہ صبح سحری اور افطاری کا یہاں انتظام کیا جاتا ہے, اور یہاں پہ بتایا جا رہا ہے کہ 300 سے 400 افراد کے لیے جو ہے وہ سحری اور افطاری کا جو ہے وہ انتظام کیا جاتا ہے. تو اس حوالے سے جو ہمارے ساتھ موجود ہیں اعجاز بٹ صاحب, جو انتظامیہ ہے اس دسترخوان کی, جو اس دسترخوان کو رن کر رہے ہیں. السلام علیکم. بسم اللہ الرحمن الرحیم. بٹا صاحب, الحمدللہ اسی ہے دسترخوان سات سال تو چلا رہے ہیں, الحمدللہ سب کچھ اپنے گھر ہی تیار کری دے, اپنے ہاتھوں نے تیار کری دے, تے اللہ دے فضل نے اپنے دوستاں دی مدد نال چلا رہے ہیں. کوئی کسے کول اسی ڈونیشن نہیں لیندے, الحمدللہ میرے دوست نے وہ انہیں تعاون کردے نے تے میں خود تیار کر کے ایتھے لے آنا, تے سحری دے ٹائم وی اسی 300 کو بندے دا کھانا دے ارینج کرنے ہاں. ایک ڈیگ ساڈی گوشت دی ہوندی ہے, ایک ڈیگ ساڈی چاولاں دی ہوندی ہے, 400 روٹی ہوندی ہے, نال چائے ہوندی ہے, نال لسی, ہن موسم لسی دا نہیں
ਜਿਹੜਾ ਚਾਹੇ ਇਹ ਭਰਪੂਰ ਇਹ ਵੀ ਅਸੀਂ ਪੂਰੇ ਹਸਪੀਟਲ ਨੂੰ ਦਿੰਦੇ ਆ ਜੀ ਜੀ 3 ਸਾਲ 7 8 ਸਾਲ ਤੋਂ ਦੇ ਰਹੇ ਅੱਲਾ ਦੀ ਮਦਦ ਤੇ ਕਦੀ ਕਿਸੇ ਕੋ ਪੈਸਾ ਨਹੀਂ ਮੰਗਿਆ ਅਲਹਮਦੁਲਿਲਾ ਦਾ ਬਿਨਾ ਮਸਜਿਦ ਇੱਕ ਲੋ ਕਹਿੰਦੇ ਆ ਅੱਲਾ ਦੇ ਫਜ਼ਲ ਨਾਲ ਕਦੀ ਕਿਸੇ ਕੋ ਪੈਸਾ ਨਹੀਂ ਮੰਗਿਆ ਜੀ ਬਸ ਵਟਸਐਪ ਹੈ ਦੱਸੋ ਕਿ ਸਵੇਰ ਸਹਿਰੀ ਦਾ ਜਿਹੜਾ ਇੰਤਜ਼ਾਮ ਹੁੰਦਾ ਉਹ ਤੁਸੀਂ ਖੁਦ ਤਿਆਰ ਕਰਕੇ ਲੈ ਕੇ ਜੀ ਮੈਂ ਪੁੱਟਾ ਸਾਹਿਬ ਹਰ ਚੀਜ਼ ਆਪਣੇ ਹੱਥ ਨਾਲ ਤਿਆਰ ਕਰਨਾ ਜੀ ਠੀਕ ਇਹ ਚਾਵਲ ਜਿੰਨੀ ਸਹਿਰੀ ਅਫਤਾਰੀ ਇਹ ਵੀ ਮੈਂ ਤਿਆਰ ਕਰਨਾ ਤੇ ਸਹਿਰੀ ਦਾ ਵੀ ਮੁਕੰਮਲ ਮੈਂ ਆਪ ਤਿਆਰ ਕਰਨਾ ਕੀ ਮੀਨੂ ਤੁਸੀਂ ਰੱਖਦੇ ਹੋ ਸਹਿਰੀ ਦਾ ਅਫਤਾਰੀ ਦਾ ਬਦਲ ਕੀ ਹੁੰਦਾ ਕਿ ਰੋਜ਼ ਇੱਕ ਨਹੀਂ ਸਹਿਰੀ ਦੇ ਟਾਈਮ ਤੁਸੀਂ ਕਰਨੇ ਆ ਇੱਕ ਗੋਸ਼ਤ ਨਾਲ ਇੱਕ ਦਿਨ ਦਾਲ ਦੀ ਇੱਕ ਸਬਜ਼ੀ ਹੁੰਦੀ ਹੈ ਗੋਸ਼ਤ ਦੇ ਵਿੱਚ ਹੀ ਹੁੰਦੀ ਹੈ ਰਾਤ ਸਵੇਰ ਦਾ ਸਾਡਾ ਮੈਨੂ ਹੈ ਅਲਹਮਦੁਲਿਲਾ ਗੋਸ਼ਤ ਤੇ ਆਲੂ ਗੋਸ਼ਤ ਮਟਰ ਗੋਸ਼ਤ ਤੇ ਨਾਲ ਇੱਕ ਚਾਵਲਾਂ ਦੀ ਦੇਗ ਹੋਏਗੀ ਤੇ ਨਾਲ ਰੋਟੀਆਂ ਤੇ ਅਫਤਾਰੀ ਦੇ ਟਾਈਮ ਅਸੀਂ ਰੋਜ਼ ਦੇ ਰੋਜ਼ ਇੱਕ ਦਿਨ ਚਾਵਲ ਹੁੰਦੇ ਨੇ ਇੱਕ ਦਿਨ ਸਬਜ਼ੀਆਂ ਵਾਲੇ ਚਾਵਲ ਹੁੰਦੇ ਨੇ ਇੱਕ ਦਿਨ ਸਬਜ਼ੀ ਵਾਲੇ ਚਾਵਲ ਹੁੰਦੇ ਨੇ ਤੇ ਅਲਹਮਦੁਲਿਲਾ ਇਹ ਸਾਰਾ ਸਿਲਸਿਲਾ ਚੱਲਦਾ ਪਿਆ ਕਿੰਨੇ ਅਫਰਾਦ ਦੇ ਤੁਸੀਂ ਸਹਿਰੀ ਔਰ ਅਫਤਾਰੀ ਦਾ ਇੰਤਜ਼ਾਮ ਅਸੀਂ ਅਲਹਮਦੁਲਿਲਾ 60 ਕਿਲੋ ਚਾਵਲ ਪਕਾਉਂਦੇ ਹਾਂ ਫਿਰ ਰੋਜ਼ ਦੇ ਤੇ ਇਹ ਤਕਰੀਬਨ 300-400 ਬੰਦੇ ਦਾ ਇੰਤਜ਼ਾਮ ਸ਼ਾਮ ਦਾ ਹੁੰਦਾ ਤੁਹਾਡੇ ਸਾਹਮਣੇ ਤੇ ਸਹਿਰੀ ਦਾ ਵੀ 300-350 ਬੰਦਾ ਜਿਹੜਾ ਅਸੀਂ ਅਲਹਮਦੁਲਿਲਾ ਸਾਰਾ ਇਹ ਕੰਮ ਕਰ ਰਹੇ ਜੀ ਔਰ ਇੱਥੇ ਪਤਾ ਲੱਗ ਰਿਹਾ ਕਿ ਜਨਾਬ ਇਥੋਂ ਦੇ ਡਾਕਟਰ ਔਰ ਲੇਬਰ ਹਾਂਜੀ ਅਲਹਮਦੁਲਿਲਾ ਸਾਰੇ ਮਾਸ਼ਾਅੱਲਾ ਜੀ ਅਲਹਮਦੁਲਿਲਾ ਤੁਹਾਡੇ ਸਾਹਮਣੇ ਹਰ ਬੰਦਾ ਇਥੋਂ ਖਾਣਾ ਉਹਨਾਂ ਨੇ ਪਰਚੀਆਂ ਆਂਦੀਆਂ ਨੇ ਉਹਨਾਂ ਦੇ ਸਟਾਫਾਂ ਦੇ ਉਹਨਾਂ ਦੇ ਉੱਥੇ ਖਾਣੇ ਲੇਬਰ ਰੂਮ ਵਿੱਚ ਜਾਂਦੇ ਨੇ ਐਮਰਜੈਂਸੀ ਜਾਂਦੇ ਨੇ ਡੈਲਫਰ ਜਾਂਦੇ ਨੇ ਉਹਨਾਂ ਨੂੰ ਆਏ ਕੀ ਦਾ ਵੀ ਇੰਤਜ਼ਾਮ ਹਾਂਜੀ ਹਰ ਬੰਦੇ ਦਾ ਜੀ ਹਰ ਕਿਸੇ ਨੂੰ ਕੋਈ ਮਨਾ ਨਹੀਂ ਕਿਸੇ ਨੂੰ ਰੋਜ਼ਾ ਰੱਖਿਆ ਨਹੀਂ ਰੱਖਿਆ ਅੱਛਾ ਅਲਹਮਦੁਲਿਲਾ ਦਸਤਰਖਾਨ ਤੇ ਜਿਹੜਾ ਵੀ ਆਏਗਾ ਉਹਨੂੰ ਖਾਣਾ ਮਿਲੇਗਾ ਅੱਲਾ ਦੇ ਫਜ਼ਲ ਨਾਲ ਜੀ ਨਾਜ਼ਰੀਨ ਇਹ ਦੇਖੇ ਕਿ ਪੂਰੇ ਪਾਕਿਸਤਾਨ ਮੇ ਰਮਜ਼ਾਨ ਉਲ ਮੁਬਾਰਕ ਹਵਾਲੇ ਸੇ ਦਸਤਰਖਾਨ ਲਗਾਏ ਜਾ ਰਹੇ ਹੈ ਲੇਕਿਨ ਇਸੀ ਤਰ੍ਹਾਂ ਕਾ ਇੱਕ ਦਸਤਰਖਾਨ ਹੈ ਜੋ DHQ ਹਸਪੀਟਲ ਹਾਫਜ਼ਾਬਾਦ ਮੇ ਵੀ ਗੁਜ਼ਸ਼ਤਾ 7 ਸਾਲ ਸੇ ਜਾਰੀ ਹੈ ਔਰ ਇਹ ਜੋ ਹੈ ਸਹਿਰੀ ਔਰ ਅਫਤਾਰੀ 300-400 ਲੋਗੋ ਕੇ ਕਰਵਾ ਰਹੇ ਹੈ ਤੇ ਅਬ ਤੱਕ ਇਜਾਜ਼ਤ ਦੀਜੀਏ ਅੱਲਾ ਹਾਫਿਜ਼।
اللہ پاک نے سب تو زیادہ ساری دعا ہے جی ٹھیک نا ویکھن مہلا کنے لوگ نے اللہ پاک نے سب زیادہ انے لوگ آندے نے سحری افطاری کرتے نے اور امر کو بیٹھ کے سحری افطاری کرتے نے اللہ سونے نے اس تو زیادہ ساری دعا ہے جی آمین.